ਮਾਮਲਾ ਹੈ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਜਵਾਣਾ ਵੱਲੋਂ ਗਠਬੰਧਨ ਵੋਟਾਂ ਪਾਉਣ ਅਤੇ ਕਾਂਗਰਸ ਨੂੰ ਵੋਟਾਂ ਨਾ ਪਾਉਣ ਦਾ, ਜਿਸ ਨੂੰ ਲੈ ਕੇ ਕੋਰਟ ਲਈ ਨੇ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਵਿੱਚ ਇਹ ਸਵਾਲ ਪੁੱਛੇ ਹਨ। ਉਹਨਾਂ ਨੇ ਆਰੋਪ ਲਾਇਆ ਹੈ ਕਿ ਅਕਾਲੀ ਭਾਜਪਾ ਦੇ ਸੀਨੀਅਰ ਲੀਡਰਸ਼ਿਪ ਨੇ ਸਾਜ਼ਿਸ਼ ਦੇ ਤਹਿਤ ਪੱਤਰ ਜਾਰੀ ਕਰਵਾਇਆ ਹੈ। ਉਹਨਾਂ ਨੇ ਕਿਹਾ ਕਿ ਦੋਹਾਂ ਪਾਰਟੀਆਂ ਦਾ ਖੁਲਾਸਾ ਹੋ ਚੁੱਕਿਆ ਹੈ ਅਤੇ ਦੋਨਾਂ ਪਾਰਟੀਆਂ ਦੇ ਚਿਹਰੇ ਬੇਨਕਾਬ ਹੋ ਚੁੱਕੇ ਹਨ। ਰਜਵਾਣਾ ਦੀ ਚਿੱਠੀ ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਉਹਨਾਂ ਦੇ ਪਰਿਵਾਰ ਲਈ ਧਮਕੀ ਹੈ। ਬੀਜੇਪੀ ਪਾਰਟੀ ਜਿਹੜੀ ਆ ਪੂਰੇ ਦੇਸ਼ ਅੰਦਰ, ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਵਾਦ ਦਾ ਮੁੱਦਾ ਬਣਾ ਕੇ ਚੋਣ ਲੜ ਰਹੇ ਨੇ, ਔਰ ਇੱਕ ਪਾਸੇ ਬੀਜੇਪੀ ਰਾਸ਼ਟਰਵਾਦ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਪੰਜਾਬ ਦੇ ਅੰਦਰ ਬਲਵੰਤ ਸਿੰਘ ਰਾਜਵਾਣਾ ਜਿਹੜੇ ਸਰ ਬਿਆਨ ਸਿੰਘ ਜੀ ਦੀ ਜਿਹੜੀ ਸ਼ਹਾਦਤ ਹੈ ਉਹਦੇ ਲਈ ਉਹ ਜੇਲ੍ਹ ਦੇ ਵਿੱਚ ਬੰਦ ਨੇ, ਔਰ ਉਹਨਾਂ ਨੇ ਇੱਕ ਪੱਤਰ ਲਿਖਿਆ ਕਿ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੀਆਂ ਵੋਟਾਂ ਨੇ ਉਹ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਪਾਈਆਂ ਜਾਣ। ਸੋ ਇਸ ਗੱਲ ਦੀ ਕਾਂਗਰਸ ਪਾਰਟੀ ਨਿੰਦਾ ਵੀ ਕਰਦੀ ਹੈ, ਔਰ ਖਾਸ ਕਰਕੇ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਸਵਾਲ ਵੀ ਕਰਦੀ ਹੈ ਕਿ ਕੀ ਉਹ ਇਸ ਪੱਤਰ ਨਾਲ ਸਹਿਮਤ ਨੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅਮਨ ਨੂੰ ਭੰਗ ਕੀਤਾ ਹੋਵੇ, ਔਰ ਇੱਕ ਪਾਸੇ ਇਹ ਲੋਕ ਜਿਹੜੇ ਨੇ ਉਹ ਰਾਜਸੀ ਜਿਹੜੀਆਂ ਸਾਜ਼ਿਸ਼ਾਂ ਰਚ ਰਹੇ ਨੇ ਆਪਣੀਆਂ ਆਪਣੇ ਰਾਜਸੀ ਮਫਾਦਾਂ ਲਈ, ਬਲਵੰਤ ਸਿੰਘ ਰਾਜੋਵਾਲੇ ਵਰਗੇ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਨੂੰ ਵਰਤ ਰਹੇ ਨੇ, ਔਰ ਦੂਜੇ ਪਾਸੇ ਜਿਹੜੀ ਬੀਜੇਪੀ ਆ ਉਹ ਰਾਸ਼ਟਰਵਾਦ ਦੇ ਮੁੱਦੇ 'ਤੇ ਚੋਣ ਲੜ ਰਹੀ ਹੈ। ਔਰ ਉਹਦੇ ਨਾਲ ਨਾਲ ਅੱਜ ਜਿਹੜੇ ਲੋਕ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣਾ ਖੂਨ ਡੋਲਿਆ, ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ, ਉਹਨਾਂ ਦੀ ਕੋਈ ਗੱਲ ਨਹੀਂ ਕਰ ਰਹੇ। ਸੋ ਇਸ ਕਰਕੇ ਇਹ ਬੀਜੇਪੀ ਜਿਹੜੀ ਆ ਉਹ ਮੈਂ ਸਮਝਦਾ ਕਿ ਇਸ ਗੱਲੋਂ ਰਾਸ਼ਟਰਵਾਦ ਦੇ ਖਾਸ ਕਰਕੇ ਮੁੱਦੇ 'ਤੇ ਐਕਸਪੋਜ਼ ਹੋ ਚੁੱਕੀ। ਬਿਊਰੋ ਰਿਪੋਰਟ, ਲੁਧਿਆਣਾ ਬਿਊ।